ਇਹਦੇ ਵਿੱਚ ਇਸ਼ੂ ਹੈ ਕਿ ਬੰਦੇ ਨੇ ਫਲਿੱਪਕਾਰਟ ਤੋਂ ਮੋਬਾਈਲ ਆਰਡਰ ਕੀਤਾ ਸੀ, ਉਹਦੇ ਕੋਲ ਆਇਆ ਜੁਲਾਈ 'ਚ, ਉਹਨੇ ਜਦ ਖੋਲਿਆ ਉਹਦਾ ਕੈਮਰਾ ਫੰਕਸ਼ਨ ਖੋਲਦੇ ਹੀ ਹੈਂਗ ਹੋ ਜਾਂਦਾ ਸੀ, ਤਾਂ ਡਿਫੈਕਟਿਵ ਮੋਬਾਈਲ ਸੀਗਾ, ਅਤੇ ਬੰਦਾ ਗਿਆ ਵਨਪਲੱਸ ਸਰਵਿਸ ਸੈਂਟਰ, ਵਨਪਲੱਸ ਦਾ ਮੋਬਾਈਲ ਸੀਗਾ, ਉੱਥੇ ਵਨਪਲੱਸ ਸਰਵਿਸ ਸੈਂਟਰ ਅੱਜ ਕੱਲ੍ਹ ਸਾਰਾ ਡਿਜੀਟਲਾਈਜ਼ ਰਿਕਾਰਡ ਹੈਗਾ, ਉਹਨਾਂ ਨੇ ਕਿਹਾ ਇਹ ਤਾਂ ਜੁਲਾਈ ਮਾਰਚ ਦਾ ਖੁੱਲਿਆ ਹੋਇਆ ਹੈ, ਤੁਹਾਨੂੰ ਜੁਲਾਈ 'ਚ ਮਿਲਿਆ, ਤਾਂ ਇਹਦਾ ਮਤਲਬ ਹੋਇਆ ਕਿ ਪੁਰਾਣਾ ਫੋਨ ਭੇਜਦਾ ਫਲਿੱਪਕਾਰਟ ਨੇ, ਪਲੱਸ ਡਿਫੈਕਟਿਵ ਭੇਜਤਾ, ਤਾਂ ਇੱਕ ਤਾਂ ਮੁੱਦਾ ਇਹ ਸੀਗਾ। ਪਲੱਸ ਜਦ ਉਹਦੇ ਕੋਲ ਮੋਬਾਈਲ ਆਇਆ ਉਹਦੇ ਨਾਲ ਦੋ ਇਨਵਾਇਸਾਂ ਸੀਗੀ ਇੱਕੋ ਹੀ ਪ੍ਰੋਡਕਟ ਦੀ, ਪਹਿਲੀ ਇਨਵਾਇਸ 'ਚ ਮੋਬਾਈਲ ਦੀ ਪ੍ਰਾਈਸ ਪਲੱਸ ਹੈਂਡਲਿੰਗ ਫੀ 99 rupees ਲੱਗੀ ਹੋਈ ਹੈ ਉਸੀ ਇਨਵਾਇਸ 'ਤੇ, ਉਹਦੇ ਨਾਲ ਇੱਕ ਹੋਰ ਇਨਵਾਇਸ ਸੀਗੀ ਸੇਮ ਮੋਬਾਈਲ ਦੀ, ਫਿਰ ਤੋਂ ਹੈਂਡਲਿੰਗ ਫੀ 49 rupees, ਤਾਂ ਦੋ ਇਨਵਾਇਸ ਤਾਂ ਹੋ ਹੀ ਨਹੀਂ ਸਕਦੇ ਇੱਕ ਪ੍ਰੋਡਕਟ ਦੀ, ਤਾਂ ਅਸੀਂ ਉਹ ਵੀ ਚੈਲੰਜ ਕੀਤਾ ਕੋਰਟ ਦੇ ਸਾਹਮਣੇ, ਅਤੇ ਕੋਰਟ ਨੇ ਇੱਕ ਤਾਂ ਡਿਫੈਕਟਿਵ ਮੋਬਾਈਲ ਦਾ ਰਿਫੰਡ ਆਰਡਰ ਕਰਤਾ, ਉਹ ਤਾਂ ਕਰਨਾ ਹੀ ਸੀ, ਪਲੱਸ 49 rupees ਚਾਰਜ ਕਰਨ ਨੂੰ ਬਹੁਤ ਹੈਵੀਲੀ ਲਿੱਤਾ ਫਲਿੱਪਕਾਰਟ ਦੇ ਖਿਲਾਫ, ਅਤੇ ਉਹਨੂੰ ਅਨਫੇਅਰ ਟ੍ਰੇਡ ਪ੍ਰੈਕਟਿਸ, ਅਨਫੇਅਰ ਕੰਟਰੈਕਟ ਔਰ ਡਾਰਕ ਪੈਟਰਨ ਡਿਕਲੇਅਰ ਕੀਤਾ। ਇਹ ਡਾਰਕ ਪੈਟਰਨ ਮੈਂ ਐਕਸਪਲੇਨ ਕਰਨਾ ਚਾਹਾਂਗਾ। ਆਨਲਾਈਨ ਲਈ ਗਵਰਨਮੈਂਟ ਆਫ ਇੰਡੀਆ ਦੀ ਕੰਜ਼ਿਊਮਰ ਅਫੇਅਰ ਮਿਨਿਸਟਰੀ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਹੈ, ਆਨਲਾਈਨ ਸੈਲਿੰਗ 'ਚ ਜਿਹੜੇ 10 ਗਲਤ ਤਰੀਕੇ ਅਪਣਾਉਂਦੀ ਕੰਪਨੀਆਂ ਮੁਨਾਫਾ ਕਮਾਉਣ ਦੇ, ਉਹਨਾਂ ਨੂੰ ਪ੍ਰੋਹਿਬਿਟ ਕੀਤਾ ਹੈ। ਇਹ ਨੋਟੀਫਿਕੇਸ਼ਨ ਦਸੰਬਰ ਦੀ ਹੈ ਪਿਛਲੇ ਸਾਲ ਦੀ, ਤਾਂ ਉਹਦੇ ਵਿੱਚ ਕੋਰਟ ਨੇ ਸੰਗਿਆਨ ਲੈਤੇ ਹੋਏ ਕਿਹਾ ਕਿ ਇਹ ਡਾਰਕ ਪੈਟਰਨ ਹੈ, ਕਿਉਂਕਿ ਅਸੀਂ ਜਦ ਆਰਡਰ ਕਰਦੇ ਹਾਂ ਤਾਂ ਉੱਥੇ ਇਹ ਪ੍ਰਾਈਸ ਨਹੀਂ ਦਿਖਦੀ, ਉੱਥੇ ਟੋਟਲ ਪ੍ਰਾਈਸ ਦਿਖਦੀ ਹੈ, ਬ੍ਰੇਕਅਪ ਨਹੀਂ ਦਿਖਾਉਂਦੇ, ਇਹ ਆਉਣ ਦੇ ਬਾਅਦ ਪਤਾ ਲੱਗਦਾ, ਤਾਂ ਕਈ ਕੰਜ਼ਿਊਮਰ ਨੂੰ ਪਤਾ ਹੀ ਨਹੀਂ ਲੱਗਦਾ, ਕੋਈ ਪਰਵਾਹ ਹੀ ਨਹੀਂ ਕਰਦਾ, ਜਿੱਥੇ 40,000 ਲੱਗੇ 50 rupees ਵੀ ਲੱਗ ਗਏ, ਲੇਕਿਨ ਕੰਪਨੀ ਲੱਖ ਆਰਡਰ ਹੁੰਦੇ ਦਿਨ 'ਚ ਫਲਿੱਪਕਾਰਟ ਦੇ, 50 rupees ਐਕਸਟਰਾ ਲੈ ਰਹੀ ਹੈ, ਤਾਂ ਕਿੰਨੇ 50 lakh rupees ਅਨਫੇਅਰਲੀ ਕਮਾ ਲਏ ਕੰਪਨੀ ਨੇ, ਤਾਂ ਇਹੀ ਕੰਮ ਹੈ ਆਨਲਾਈਨ ਕੰਪਨੀਆਂ ਦਾ। ਕੋਰਟ ਨੇ ਇਸ ਬਿਨਾ 'ਤੇ ਕੰਪਨੀ 'ਤੇ ਇੱਕ ਤਾਂ 10,000 ਕੰਪਨਸੇਸ਼ਨ ਲਾਈ ਹੈ, ਇੱਕ 10,000 ਲੀਗਲ ਕੋਸਟ ਲਗਾਈ ਹੈ, ਤਾਂ ਇੱਕ ਨਵਾਂ ਚੀਜ਼ ਹੈਗਾ ਪਿਊਨਿਟਿਵ ਡੈਮੇਜਸ ਕਹਿ ਕੇ, ਕਿ ਕੰਪਨੀ ਨੂੰ ਪਨਿਸ਼ ਕਰਨਾ ਹੈ, ਕਿਉਂਕਿ ਇਹ ਸਿਰਫ ਇੱਕ ਕੰਜ਼ਿਊਮਰ ਨਾਲ ਨਹੀਂ, ਸਭ ਦੇ ਨਾਲ ਕਰ ਰਹੇ ਨੇ, ਤਾਂ 10,000 rupees ਪਿਊਨਿਟਿਵ ਡੈਮੇਜ ਲਗਾਏ ਹਨ, ਤਾਂ ਟੋਟਲ 30,000 rupees ਦੀ ਪੈਨਲਟੀ ਹੋ ਗਈ। ਇਹਦੇ ਵਿੱਚ 10,000 rupees ਉਹਨਾਂ ਨੂੰ ਕੰਜ਼ਿਊਮਰ ਵੈਲਫੇਅਰ ਫੰਡ 'ਚ ਦੇਣੇ, ਕਿਉਂਕਿ ਇਹ ਜਨਰਲ ਫੰਡ ਯੂਜ਼ ਹੁੰਦਾ ਕੰਜ਼ਿਊਮਰ ਅਵੇਅਰਨੈਸ ਲਈ, ਫੋਨ ਵਾਪਸ ਹੋ ਕੇ ਰਿਫੰਡ ਪੂਰਾ ਵਿਦ 9% ਇੰਟਰਸਟ ਪਲੱਸ 30,000 ਦੀ ਪੈਨਲਟੀ। ਚੰਡੀਗੜ੍ਹ ਸਟੇਟ ਕਮਿਸ਼ਨ 'ਚ ਕੇਸ ਗਿਆ ਸੀ, ਕਿਉਂਕਿ ਅਨਫੇਅਰ ਕੰਟਰੈਕਟ ਦਾ ਕੇਸ ਸਿੱਧਾ ਸਟੇਟ ਕਮਿਸ਼ਨ 'ਚ ਜਾ ਸਕਦਾ, ਇਹਦੇ ਵਿੱਚ ਅਨਫੇਅਰ ਕੰਟਰੈਕਟ ਬਿੱਲ ਇਜ਼ ਅ ਕੰਟਰੈਕਟ। ਤਾਂ ਮੈਂ ਇਹ ਬੰਦਿਆਂ ਨੂੰ ਕਹਿਣਾ ਚਾਹਾਂਗਾ ਜਿਹੜੇ ਆਮ ਕੰਜ਼ਿਊਮਰ ਨੇ, ਜਦ ਤੁਸੀਂ ਆਨਲਾਈਨ ਆਰਡਰ ਕਰ ਰਹੇ ਹੋ ਤਾਂ ਇਸ ਦਿਨ ਦਾ ਧਿਆਨ ਰੱਖੋ, ਠੀਕ ਹੈ? ਤੁਸੀਂ ਇਹ ਸੋਚਦੇ ਹੋ ਕਿ 50 rupees ਲਈ ਲੜਨਾ, ਲੇਕਿਨ ਲੜੋ, ਕੰਜ਼ਿਊਮਰ ਕੋਰਟ ਦਾ ਪ੍ਰੋਸੀਜਰ ਬਹੁਤ ਸੌਖਾ ਹੈਗਾ, ਬਾਕੀ ਕੋਰਟਾਂ ਤੱਕ ਨਹੀਂ ਹੈ ਕਿ ਤੁਸੀਂ ਖੇਚਲ ਪਾਓਗੇ, ਤੁਸੀਂ ਜਾਓ ਆਪਣੀ ਐਪਲੀਕੇਸ਼ਨ ਲਿਖਣੀ ਹੈ, ਫੈਕਟਸ ਲਿਖਣੇ ਕਿ ਬਈ ਇਸ ਦਿਨ ਆਰਡਰ ਕੀਤਾ, ਇਸ ਦਿਨ ਇਨਵੋਇਸ ਆਏ, ਬਸ ਤੁਸੀਂ ਪਾ ਦੋਗੇ, ਉਹਦੇ ਬਾਅਦ ਦੂਜੀ ਪਾਰਟੀ ਨੂੰ ਨੋਟਿਸ ਹੋਣਾ ਤੇ ਕੋਰਟ ਆਪੇ ਹੀ ਡਿਸਾਈਡ ਕਰ ਦੇਗੀ ਤੇ ਤੁਹਾਨੂੰ ਰਿਲੀਫ ਮਿਲ ਜਾਏਗਾ। ਤੋ ਜਦ ਤੱਕ ਆਵਾਜ਼ ਨਹੀਂ ਉਠਾਉਗੀ ਇਹ ਚੀਜ਼ਾਂ ਠੀਕ ਨਹੀਂ ਹੋਣੀ, ਇੱਕ ਬੰਦੇ ਨਾਲ ਨਹੀਂ ਠੀਕ ਹੋਣੀ, ਪੰਜਾਬ ਵਿੱਚ 10 ਜਾਏਗੇ ਫਿਰ ਵੀ ਠੀਕ ਹੋ ਜਾਊਗੀ, ਤੋ ਇਹ ਮੇਰੀ ਰਿਕੁਐਸਟ ਹੈ ਸਭ ਪਬਲਿਕ ਨੂੰ।